कैंडीडेट कोई बाहरों उतार सकते हैं ये असी बर्दाश्त नहीं करांगे। जे बाहरों उतारनगे फिर असी देखो अकाली दल ज्वाइन करांगे। असी थोनों इत्थे चैलेंज करदे हां पार्टी नूं शरेआम ते असी इत्थों यही पार्टी नूं चैलेंज करदे हां जे पार्टी एक्टी भी गलती करदी किसे बाहरी उम्मीदवार नूं उतारदी है फिर असी शरेआम पार्टी नूं ये गल कहिंदे हां वी असी अकाली दल ज्वाइन करांगे। ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀ ਜਾ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਹੌਲੀ ਹੌਲੀ ਸਿਆਸਤ ਵੀ ਗਰਮ ਹੁੰਦੀ ਜਾ ਰਹੀ ਹੈ। ਲਗਾਤਾਰ ਸਿਆਸਤ ਗਰਮ ਹੁੰਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਕਈ ਸੁਰਖੀਆਂ ਕਈ ਖਬਰਾਂ ਤੇ ਵੱਡੀਆਂ ਅਪਡੇਟ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ। ਜੀ ਹਾਂ, ਵੱਡੀ ਖਬਰ ਕੋਟਕਪੂਰਾ ਤੋਂ ਸਾਹਮਣੇ ਆਈ ਹੈ ਜਿੱਥੇ ਕੋਟਕਪੂਰਾ ਦੇ ਵਿੱਚ ਕਾਂਗਰਸ ਵਰਕਰਸ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਕਾਂਗਰਸ ਵਰਕਰਸ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਜੇਕਰ ਕੋਟਕਪੂਰਾ ਦੇ ਵਿੱਚ ਕੋਈ ਬਾਹਰੀ ਉਮੀਦਵਾਰ ਖੜਾ ਹੁੰਦਾ ਤਾਂ ਉਹ ਸ਼ਰੇਆਮ ਜਿਹੜਾ ਅਕਾਲੀ ਦਲ ਜੁਆਇਨ ਕਰਨਗੇ। ਇਹ ਵੱਡੀ ਗੱਲ ਜਿਹੜੀ ਹੈ ਕਾਂਗਰਸੀ ਵਰਕਰਸ ਦੇ ਵੱਲੋਂ ਆਖ ਦਿੱਤੀ ਗਈ ਹੈ, ਇੱਕ ਤਰ੍ਹਾਂ ਦੀ ਧਮਕੀ ਕਹਿ ਲਓ, ਚੇਤਾਵਨੀ ਕਹਿ ਲਓ ਕਾਂਗਰਸ ਵਰਕਰਸ ਨੇ ਜਿਹੜਾ ਕਾਂਗਰਸ ਪਾਰਟੀ ਨੂੰ ਦੇ ਦਿੱਤੀ ਹੈ ਕਿ ਜੇਕਰ ਕੋਟਕਪੂਰਾ ਤੋਂ ਕੋਈ ਹੋਰ ਜਾਂ ਫਿਰ ਬਾਹਰ ਤੋਂ ਬਾਹਰੀ ਉਮੀਦਵਾਰ ਜਿਹੜਾ ਕੋਈ ਆ ਕੇ ਇੱਥੇ ਖੜਾ ਹੋਏਗਾ ਤਾਂ ਅਸੀਂ ਸਿੱਧਾ ਸਿੱਧਾ ਅਕਾਲੀ ਦਲ ਜੁਆਇਨ ਕਰਾਂਗੇ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਜਿਹੜੇ ਸੀਨੀਅਰ ਆਗੂ ਨੇ ਸੀਨੀਅਰ ਲੀਡਰ ਨੇ ਉਹਨਾਂ ਦਾ ਕੀ ਰਵੱਈਆ ਹੋਊਗਾ ਇਸ ਨੂੰ ਲੈ ਕੇ, ਕੀ ਉਹ ਅਜੇ ਪਾਲ ਨੂੰ ਹੀ ਇਸ ਕੋਟਕਪੂਰਾ ਤੋਂ ਖੜਾ ਕਰਨਗੇ ਜਾਂ ਕੋਈ ਬਾਹਰੀ ਵਿਧਾਇਕ ਹੀ ਇੱਥੇ ਆ ਕੇ ਖੜਾ ਹੋਏਗਾ, ਵੇਖਣ ਵਾਲੀ ਗੱਲ ਇਹ ਹੋਵੇਗੀ। ਇਸੇ ਦੌਰਾਨ ਕੀ ਕਿਹਾ ਹੈ, ਇਸੇ ਦੌਰਾਨ ਕਾਂਗਰਸੀ ਵਰਕਰ ਜਸਕਰਨ ਸਿੰਘ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਇੱਥੇ ਆ ਰਹੇ ਆ, ਸਾਨੂੰ ਬਹੁਤ ਖੁਸ਼ੀ ਹੈ। ਸਾਡਾ ਪਿੰਡ ਡੱਗੋ ਰਮਾਣਾ ਹੈ, ਅਸੀਂ ਆਪਦੇ ਪਿੰਡ 'ਚੋਂ 100 ਬੰਦਾ ਲੈ ਕੇ ਇੱਥੇ ਪਹੁੰਚੇ ਹਾਂ। ਹਰੇਕ ਕੋਈ ਵੀ ਕਾਂਗਰਸ ਦੀ ਜਦੋਂ ਕੋਈ ਸੰਮੇਲਨ ਹੁੰਦਾ ਜਾਂ ਕੋਈ ਪਾਰਟੀ ਰੈਲੀ ਹੁੰਦੀ ਹੈ ਅਸੀਂ ਵੱਧ ਚੜ੍ਹ ਕੇ ਡੱਗੋ ਰਮਾਣਾ ਪਿੰਡ ਹਿੱਸਾ ਲੈਂਦਾ। ਪਰ ਸਾਨੂੰ ਇੱਕ ਬਹੁਤ ਦੁੱਖ ਦੀ ਗੱਲ ਹੈ, ਜਦੋਂ ਹੁਣ ਇੱਥੇ ਆ ਕੇ ਅਸੀਂ ਗੱਲ ਸੁਣੀ ਹੈ ਵੀ ਕੈਂਡੀਡੇਟ ਕੋਈ ਬਾਹਰੋਂ ਉਤਾਰ ਸਕਦੇ ਹੈ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜੇ ਬਾਹਰੋਂ ਉਤਾਰਨਗੇ ਫਿਰ ਅਸੀਂ ਦੇਖੋ ਅਕਾਲੀ ਦਲ ਜੁਆਇਨ ਕਰਾਂਗੇ। ਅਸੀਂ ਤੁਹਾਨੂੰ ਇੱਥੇ ਚੈਲੇਂਜ ਕਰਦੇ ਹਾਂ ਪਾਰਟੀ ਨੂੰ ਸ਼ਰੇਆਮ, ਜੇ ਪਾਰਟੀ ਕੋਈ ਗਲਤੀ ਕਰਦੀ ਹੈ ਤਾਂ। ਸਿਰਫ ਇੱਥੋਂ ਲੋਕਲ ਉਮੀਦਵਾਰ ਸਰਦਾਰ ਅਜੇਪਾਲ ਸਿੰਘ ਸੰਧੂ ਜਿਹੜਾ ਕਿ ਆਪਦੀ ਜੇਬ 'ਚੋਂ ਪਿੰਡ ਦੇ ਵਿੱਚ ਗ੍ਰਾਂਟ ਖਰਚ ਕਰਕੇ 10 ਲੱਖ ਰੁਪਈਆ ਉਹਨਾਂ ਨੇ ਇਕੱਲੇ ਡੱਗੋ ਰਮਾਣੇ ਦੇ ਵਿੱਚ ਖਰਚ ਕੀਤਾ ਆਪਦੀ ਜੇਬ 'ਚੋਂ। ਕਾਂਗਰਸ ਪਾਰਟੀ ਦਾ ਤੁਸੀਂ ਪਿਛਲੇ ਜਿਹੜੇ ਦੌਰ ਵੇਖ ਲਓ 5-6 ਵਾਰ ਜਿਹੜਾ ਹੋਇਆ ਪੈਰਾਸ਼ੂਟ ਰਾਹੀਂ ਜਿਹੜੇ ਉਮੀਦਵਾਰ ਇੱਥੇ ਉਹਨਾਂ ਨੇ ਐਲਾਨੇ ਆ ਉਤਾਰੇ ਆ, ਜਿੱਤੇ ਵੀ ਹੈ ਅਤੇ ਹਰੇ ਵੀ ਹੈ। ਇਸ ਵਾਰ ਵੀ ਇਹੀ ਕਿਹਾ ਜਾ ਰਿਹਾ ਕਿ ਬਾਹਰਲੇ ਉਮੀਦਵਾਰ ਨੂੰ ਜਾਂ ਆਮਲੇ ਦੀ ਗੱਲ ਕਰੀਏ, ਰਾਹੁਲ ਸਿੱਧੂ ਜਿਹੜੇ ਇੱਥੇ ਲੰਬੇ ਸਮੇਂ ਤੋਂ ਜ਼ਿਲ੍ਹਾ ਇੰਚਾਰਜ ਵੀ ਆਪਣਾ ਹਲਕਾ ਇੰਚਾਰਜ ਦੇ ਤੌਰ 'ਤੇ ਜਿਹੜੇ ਕੰਮ ਕਰ ਰਹੇ ਆ ਉਹ ਵੀ ਜਿਹੜੇ ਟਿਕਟ ਦੇ ਦਮਦਾਰ ਹੈ। ਭਾਈ ਕੁੱਕੂ ਜੀ ਨੇ ਟਿਕਟ ਲੜੀ ਸੀ ਪਿਛਲੇ ਵਾਰੀ ਅਤੇ ਡੱਗੋ ਰਮਾਣੇ ਦੇ ਵਿੱਚੋਂ ਮੈਂ ਜਿਹੜੀ ਆਪਦੀ ਵੋਟ ਆ ਜਿਹੜੀ ਸਾਰੇ ਪਿੰਡਾਂ ਨਾਲ ਜ਼ਿਆਦਾ ਵਧਾਈ ਸੀ। ਪਰ ਗੱਲ ਇਹ ਆ ਵੀ ਸਾਨੂੰ ਇੰਨਾ ਦੁੱਖ ਨਾਲ ਕਹਿਣਾ ਪੈਂਦਾ ਵੀ ਉਹ ਬੰਦੇ ਨੇ 5 ਸਾਲ ਸਾਡੇ ਪਿੰਡ ਦਾ ਮੂੰਹ ਨਹੀਂ ਦੇਖਿਆ ਗਾ, 5 ਸਾਲ। ਅਤੇ ਜਿਹੜਾ ਤੁਸੀਂ ਹੋਰ ਕਿਸੇ ਕੈਂਡੀਡੇਟ ਬਾਹਰੀ ਦੀ ਨਾਂ ਲੈਂਦੇ ਹੈ ਉਹ ਤਾਂ ਉਹਨੇ ਤਾਂ ਆਉਣਾ ਹੀ ਕੀ ਹੈ, ਜਦੋਂ ਇੱਥੋਂ ਮੁਕਤਸਰ ਨਾਲ ਸੀਗਾ, ਮੁਕਤਸਰੋਂ ਚੱਲ ਕੇ ਸਾਡੇ ਉਹ 5 ਸਾਲ ਬੰਦੇ ਨੇ ਸਾਡਾ ਸਾਨੂੰ ਮਿਲਿਆ ਨੀਗਾ। ਨਾਲੇ ਕਿ ਵੋਟ ਵਧਣ ਦੇ ਬਾਵਜੂਦ ਪੂਰੀ ਕਾਂਗਰਸ ਵਰਕਰ ਪੱਬਾਂ ਭਾਰ ਸੀ ਉਹਦੇ ਪਿੱਛੇ, ਪਰ ਉਸ ਬੰਦੇ ਨੇ ਡੱਗੋ ਰਮਾਣੇ ਇੱਕ ਵਾਰੀ ਵੀ ਗੇੜਾ ਨਹੀਂ ਦਿੱਤਾ।